सोई सोई देव सोई सोई देव जो मांगे ठाकुर अपने ते जो मांगे ठाकुर अपने ते सोई सोई देव सोई सोई देव सोई सोई देव सोई सोई देव जो मांगे था
ठाकुरे अपने ते सोई सोई देव सोई सोई देव सोई सोई देव सोई सोई देव दास मुख ते जो बोले नानक दास मुख ते जो बोले इहा युहा सच होवे सच होवे इहा योहा सच होवे सोई सोई देवे सोई सोई देवे सोई सोई देवे सोई सोई देवे जो मांगे ठाकुर अपने ते अपने थे सोई सोई देव 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 गुरु सर्व सुखा का दाता सतगुर सर्व सुखा का दाता सतगुर सर्व सुखा का दाता सतगुर सर्व सुखा का सतगुर ताकि सरनी पाइए ताकि सरनी पाइए ताकि सरनी पाइए ताकि सरनी पाइए सर्व सुखा का सुखा का दाता सर्व सुखा का सुखा का दाता
सर्व सुखा का दाता सतगुर, सर्व सुखा का दाता सतगुर, ताकी सरनी पाइए, ताकी सरनी पाइए, सरनी पाइए, सर्व सुखा का दाता सतगुर, सर्व सुखा का दाता सतगुर। सर्व सुखा का दाता सतगुर, सर्व सुखा का दाता सतगुर, ताकी सरनी पाइए, ताकी सरनी पाइए, ताकि सरनी पाइए, सर्व सुखा का दाता सतगुर, सर्व सुखा का दाता सतगुर। परम सत्कार योग धन श्री गुरु ग्रंथ साहिब महाराज जी की पावन पवित्र निकी गोद का आनंद माण रही। सतगुरु जिया की साजी नवाजी, गुरु रूप, गुरु प्यारी, गुरु सवारी साध संगत जी, आओ जिन्या भी संगत धन श्री गुरु ग्रंथ साहिब महाराज जी के चरणों में आप जी जुड़ के बैठे हो, धन गुरु ग्रंथ साहिब महाराज जी के चरणों में हाजरी लवाइए। शहीद पिता के पुत्र, शहीद पुत्रां के पिता, सरबंस दानी साहिब कमाल धन गुरु गोबिंद सिंह महाराज वालों बख्शिश की हुई फतेह बुलाइए। कोई भी रसना वांझी नारे, सारी संगत गज के आखो जी वाहिगुरु जी का खालसा वाहिगुरु जी की फतेह। सतगुरु जी ने अपार रहमत की है, अपार बख्शिश की है, जो कि सानू कलयुग के भयानक समय अंदर सतसंग दियां वडमुलियां घड़ियां महाराज जी ने बख्शिश कीतियां ने। महाराज कहंदे मेरे माधो जी सतसंगत मिले सो तरिया, जिन्हां नू गुरु की संगत मिल गई, जेड़े गुरु की संगत विच आके बैठ गए, जिन्हां ने गुरबाणी सुन ली, गुर इतिहास सरवण कर लिया,
ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਹੈ। ਪਰ ਸ਼ਰਤ ਹੈ, ਗੁਰਬਾਣੀ ਮਨ ਜੋੜ ਕੇ ਪੜ੍ਹੀ, ਗੁਰ ਇਤਿਹਾਸ ਮਨ ਜੋੜ ਕੇ ਸਰਵਣ ਕਰੀ। ਫਿਰ ਮਹਾਰਾਜ ਕਹਿੰਦੇ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਜਿਹੜਾ ਮਨ ਜੋੜ ਕੇ ਗੁਰਬਾਣੀ ਨੂੰ ਗਾਉਂਦਾ ਹੈ, ਜਿਹੜਾ ਮਨ ਜੋੜ ਕੇ ਗੁਰਬਾਣੀ ਨੂੰ ਸੁਣਦਾ ਹੈ, ਮਹਾਰਾਜ ਕਹਿੰਦੇ ਭਾਈ ਕੋਈ ਸੰਸਾ ਨਹੀਂ ਹੈ, ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ, ਉਹਦਾ ਬੇੜਾ ਪਾਰ ਹੋਣਾ ਹੀ ਹੋਣਾ ਹੈ। ਕਿਉਂਕਿ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਧੁਰ ਦਰਗਾਹ ਤੋਂ ਆਈ ਹੈ, ਤੇ ਜਿਹੜੀ ਚੀਜ਼ ਧੁਰ ਦਰਗਾਹ ਤੋਂ ਆਉਂਦੀ ਹੈ, ਉਹ ਫਿਰ ਆਪਣੇ ਵਿੱਚ ਹੀ ਬੰਦੇ ਨੂੰ ਸਮਾ ਲੈਂਦੀ ਹੈ। ਸਤਿਗੁਰੂ ਜੀ ਨੇ ਅਪਾਰ ਰਹਿਮਤ ਕੀਤੀ ਹੈ, ਅਪਾਰ ਬਖਸ਼ਿਸ਼ ਕੀਤੀ ਹੈ। ਅੱਜ ਸਾਡੇ ਅਤਿ ਸਤਿਕਾਰਯੋਗ ਸਵਰਗਵਾਸੀ ਸਰਦਾਰ ਉਜਾਗਰ ਸਿੰਘ ਜੀ ਦੇ ਸਮੂਹ ਪਰਿਵਾਰ ਤੇ, ਸਰਦਾਰ ਉਜਾਗਰ ਸਿੰਘ ਜੀ ਦੀ ਸਮੂਹ ਫੁਲਵਾੜੀ, ਸਾਡੇ ਅਤਿ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਜੀ ਦੇ ਸਮੂਹ ਪਰਿਵਾਰ ਤੇ ਸਤਿਗੁਰੂ ਜੀ ਨੇ ਖੁਸ਼ੀਆਂ ਭਰਿਆ ਦਿਨ ਲਿਆਂਦਾ ਹੈ, ਜੋ ਕਿ ਸਾਡੇ ਸਤਿਕਾਰਯੋਗ ਵੀਰ ਸੰਦੀਪ ਸਿੰਘ ਦੇ ਘਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਕਾਕਾ ਕਰਮਵੀਰ ਸਿੰਘ ਦੀ। ਅੱਜ ਪਰਿਵਾਰ ਸਤਿਗੁਰੂ ਜੀ ਦਾ ਸ਼ੁਕਰਾਨਾ ਕਰ ਰਿਹਾ। ਸਾਡਾ ਵੀ ਫਰਜ਼ ਬਣਦਾ, ਜਦੋਂ ਵੀ ਸਾਡੇ ਤੇ ਗੁਰੂ ਕੋਈ ਕਿਰਪਾ ਕਰੇ, ਸਾਨੂੰ ਦਾਤ ਬਖਸ਼ੇ, ਜਾਂ ਸਾਨੂੰ ਨਵਾਂ ਮਕਾਨ ਬਖਸ਼ੇ, ਨਵੀਂ ਗੱਡੀ ਬਖਸ਼ੇ, ਪੁੱਤਰ ਧੀ ਦੀ ਬਖਸ਼ਿਸ਼ ਹੋਵੇ, ਸਾਡਾ ਫਰਜ਼ ਬਣਦਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹੜੇ ਸਤਿਗੁਰ ਨੇ ਸਾਨੂੰ ਦਾਤ ਦਿੱਤੀ ਹੈ, ਉਹ ਗੁਰੂ ਦਾ ਸ਼ੁਕਰ ਜ਼ਰੂਰ ਕਰਿਆ ਕਰੀਏ। ਨਹੀਂ ਤਾਂ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ, ਦੁਨੀਆਂ ਦੀ ਇਹ ਸਮਾਜ ਦੀ ਸਚਿਆਈ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਅੱਜ ਸਾਨੂੰ ਦਾਤਾਂ ਪਿਆਰੀਆਂ ਲੱਗਦੀਆਂ, ਪਰਮਾਤਮਾ ਵੱਲੋਂ ਦਿੱਤੀ ਹੋਈ ਚੀਜ਼ ਪਿਆਰੀ ਲੱਗਦੀ ਹੈ, ਪਰ ਸਾਨੂੰ ਰੱਬ ਦਾ ਨਾਮ ਭੁੱਲ ਗਿਆ, ਵਾਹਿਗੁਰੂ ਜੀ ਦੀ ਯਾਦ ਭੁੱਲ ਗਈ। ਅਸਲ ਵਿੱਚ ਹੋਣਾ ਕੀ ਚਾਹੀਦਾ ਸੀ? ਰੱਬ ਨੇ ਸਾਨੂੰ ਦਾਤਾਂ ਦਿੱਤੀਆਂ, ਪੁੱਤਰ ਧੀ ਦੀ ਦਾਤ ਦਿੱਤੀ ਹੈ, ਸਾਨੂੰ ਵਧੀਆ ਘਰ ਮਕਾਨ ਬਖਸ਼ਿਆ, ਵਧੀਆ ਗੱਡੀ ਬਖਸ਼ੀ ਹੈ। ਜਦੋਂ ਅਸੀਂ ਆਪਣੇ ਮਕਾਨ ਵੱਲ ਵੇਖੀਏ, ਸਾਨੂੰ ਆਪਣੇ ਗੁਰੂ ਦੀ ਯਾਦ ਆਵੇ। ਜਦੋਂ ਅਸੀਂ ਆਪਣੇ ਪੁੱਤਰ ਧੀ ਵੱਲ ਵੇਖੀਏ, ਸਾਨੂੰ ਪਰਮਾਤਮਾ ਦੀ ਯਾਦ ਆਵੇ, ਰੱਬਾ ਇਹ ਬੜੀਆਂ ਵਡਮੁੱਲੀਆਂ ਦਾਤਾਂ ਨੇ, ਇਹ ਦਾਤਾਂ ਤੂੰ ਸਾਡੀ ਝੋਲੀ ਵਿੱਚ ਪਾਈਆਂ, ਤੇਰਾ ਲੱਖ ਲੱਖ ਸ਼ੁਕਰ ਹੈ। ਜਿਵੇਂ ਅੱਜ ਇਹ ਪਰਿਵਾਰ, ਸਾਡੇ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਜੀ ਦਾ ਸਮੂਹ ਪਰਿਵਾਰ, ਗੁਰੂ ਜੀ ਦਾ ਸ਼ੁਕਰਾਨਾ ਕਰ ਰਿਹਾ, ਸਤਿਗੁਰ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਿਹਾ, ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਤੇ ਬੱਚੇ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਆਪ ਜੀ ਬੈਠੇ ਹੋ, ਸਾਡਾ ਵੀ ਫਰਜ਼ ਬਣਦਾ, ਆਪਾਂ ਵੀ ਗੁਰੂ ਦਾ ਸ਼ੁਕਰ ਕਰਿਆ ਕਰੀਏ। ਮਹਾਰਾਜ ਕਹਿੰਦੇ, ਜਿਹੜਾ ਵੀ ਸਿੱਖ ਗੁਰੂ ਦਾ ਸ਼ੁਕਰਾਨਾ ਕਰਦਾ, ਗੁਰੂ ਉਹਨੂੰ ਚਾਰ ਗੁਣਾ ਵੱਧ ਦਾਤਾਂ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਦੇ ਵੀ ਆਪਣੇ ਗੁਰੂ ਦੇ ਸ਼ੰਕੇ ਨਾ ਕਰਿਆ ਕਰੀਏ, ਕਦੇ ਵੀ ਆਪਣੇ ਗੁਰੂ ਨੂੰ ਸ਼ਿਕਵੇ ਨਾ ਝਾੜਿਆ ਕਰੀਏ, ਕਦੇ ਵੀ ਆਪਣੇ ਗੁਰੂ ਨੂੰ ਉਲਾਂਭੇ ਨਾ ਦਿਆ ਕਰੀਏ। ਗੁਰੂ ਸਾਨੂੰ ਬੜੀਆਂ ਦਾਤਾਂ ਦਿੰਦਾ। ਮੈਂ ਬੜੀ ਵਾਰ ਅਰਜ਼ ਕਰਦਾ ਹੁੰਦਾ, ਹਰ ਇੱਕ ਸਿੱਖ ਦਾ ਧਰਮ ਬਣਦਾ, ਹਰ ਇੱਕ ਸਿੱਖ ਦਾ ਫਰਜ਼ ਬਣਦਾ, ਜਦੋਂ ਵੀ ਅੰਮ੍ਰਿਤ ਵੇਲੇ ਉੱਠੇ, ਉੱਠਣ ਸਾਰ ਇਹ ਨਾ ਹੋਵੇ ਇਸ਼ਨਾਨ ਕੀਤਾ, ਜਲ ਪਾਣੀ ਛਕਿਆ, ਪ੍ਰਸ਼ਾਦਾ ਪਾਣੀ ਛਕਿਆ ਅਤੇ ਕੰਮਾਂ ਕਾਰਾਂ ਨੂੰ ਚਲੇ ਗਏ। ਨਹੀਂ, ਹਰ ਇੱਕ ਸਿੱਖ ਦਾ ਫਰਜ਼ ਬਣਦਾ, ਜਦੋਂ ਵੀ ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਪਾਣੀ ਕਰਕੇ, ਸਿੱਖ ਦਾ ਪਹਿਲਾ ਕਰਮ ਇਹ ਹੈ, ਜਿਹੜੇ ਰੱਬ ਨੇ ਮੈਨੂੰ ਦੁਨੀਆਂ 'ਤੇ ਭੇਜਿਆ, ਜਿਹੜਾ ਰੱਬ ਮੈਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਦਾਤਾਂ ਦਿੰਦਾ, ਉਹ ਰੱਬ ਵਾਸਤੇ 5-10 ਮਿੰਟ ਜ਼ਰੂਰ ਆਪਣੀ ਜ਼ਿੰਦਗੀ 'ਚ ਕੱਢਿਆ ਕਰੋ। ਉਹ ਰੱਬ ਨੂੰ ਕਿਤੇ ਯਾਦ ਕਰਕੇ ਵੇਖੋ, ਉਹ ਪਰਮਾਤਮਾ ਦੀ ਇਬਾਦਤ ਕਰਕੇ ਵੇਖੋ। ਅੱਜ ਬੜੇ ਲੋਕ ਇਹੋ ਜਿਹੇ ਮਿਲਦੇ ਆ ਜੀ, ਡਿਪਰੈਸ਼ਨ ਵਿੱਚ ਰਹਿੰਦੇ ਆ, ਟੈਨਸ਼ਨ ਵਿੱਚ ਰਹਿੰਦੇ ਆ,
दुखी दुखी रहने हैं। असल विच साड़ी डिप्रेशन दा, साड़ी स्ट्रेस दा कारण की है? साड़े दुखी होने दा सब तो वड्डा कारण इको ही एक है, अज असी रब वालों दित्तियां होईयां दातां दे नाल पा लिया प्यार ते परमात्मा नूं भुल गए। आखो सतनाम श्री वाहिगुरु। महाराज साहब बाणी विच कहिंदे आ, खासम विसार कीए रस भोग तां तन उठ खलोए रोग। जदों खसम नूं भुल गया, जदों उहदियां दित्तियां दातां दे नाल प्यार पा लिया, रब नूं भुल गया, फिर महाराज कहिंदे तैनूं दुख सदणे नहीं पैणगे, दुख ऐटोमैटिकली तेरी जिंदगी विच आ जाणगे। आखो सतनाम श्री वाहिगुरु। कोई गल नहीं, जे तू दुखी भी है आ सुन, गुरु साहब तैनूं अज इलाज भी दसदे आ। महाराज कहिंदे जे तू दुखी आ, टेंशन विच आ, हर रोज एक काम करिया कर। केड़ा काम? गावीए सुणीए मन रखीए भाओ, गुरबाणी नूं गाया कर, गुरबाणी नूं सुणिया कर, गुरु जी दे नाल प्यार वधा, अपना प्रेम वधा। गावीए सुणीए मन रखीए भाओ, दुख पर हर सुख घर लै जाए। महाराज कहिंदे जिन्ने तेरे कोल दुख है, जिन्नियां तेरियां तकलीफां, वो मेरे चरणां च रख दे, इत्थों सुखां दियां पंडां लै जा। इन्ना सस्ता सौदा मिलेगा जी सानू। साडा गुरु बड़ा दयालू है, आप जी ने शब्द पढ़िया, जो मंगे ठाकुर अपने ते सोई सोई देवे। अपने गुरु कोलों जो मर्जी मंग लो, भावना नाल शरदा नाल गुरु अगे अरदास करो, गुरु थोड़ियां झोलियां भरनगे। आ परिवार दियां झोलियां भरियां नहीं है जी? आ जिहड़ियां थोड़ी गोद विच पुत्र धी गुरु ने बख्शे है, ये पुत्र धी वड्डियां कर्मां नाल ही मिलदे है। ये गुरु की वड्डी दात है, गुरु की वड्डी बख्शिश है। नहीं तो दुनिया ते झाती मार के वेखो, तुहानूं इहो जे बड़े परिवार मिल जाणगे, जिन्हां दे घरे ना तो पुत है ते ना धीआ। को सतनाम श्री वाहिगुरु। इत्थों तक तुहानूं दुनिया विच इहो जे डॉक्टर भी मिला सकदे आ, जिहड़े दुनिया का इलाज करदे आ, दुनिया नूं दवाइयां दिंदे आ, लोकां नूं दवाइयां दिंदे आ, पर उहनां दे अपने घर औलाद की दात परमात्मा ने नहीं दित्ती, औलाद की बख्शिश नहीं की रब ने। फिर कहना ही पएगा ये गुरु की वड्डी दात है, ये दातां गुरु ने अपने हाथ विच रखियां। जिहदे ते गुरु कृपा करदा उहदी झोली विच ये दातां गुरु साहिब पाउंदे है। तां ही किसी विद्वान दियां बड़ियां सोहणियां लैणा, कहिंदा पुत्तां वालिओ मार के निगाह वेखो, पुत्र जगत निशानियां हुंदियां ने। जिन्हां घरां विच खेडे ना बाल कोई, उन्हां घरां वरानियां हुंदियां ने। किते ओह मां नूं पुछ के वेखो जिहदी मां दी गोदी विच लाल नहीं खेडदा। किन्ने लोक ताने मेणे मारदे ऐ, सानू नहीं मारदे जी कल्ले। धन गुरु अर्जन देव महाराज जी दे घरों माता गंगा नूं भी ताने मेणे सुनने पए। आखो सतनाम श्री वाहिगुरु। साढ़े गुरु साहिबां नूं भी सुनने पए है। फिर ता ही महाराज ने आखिया ये वड्डियां खुशियां ने जड़ियां तेरी झोली विच रब ने पाईयां। ये जदों तैनू खुशी मिलती है, जिवें अज ये परिवार गुरु जी का शुकर कर रहा, तू भी सिखा गुरु का शुकराना करिया कर, रब का शुकर करिया कर। जे तेरी झोली विच रब ने यह दात नहीं पाई, जे तेरी झोली विच परमेश्वर ने यह बख्शिश नहीं की, फिर तू की करिया कर? फिर गुरु दे चरणां च अरदास करी भावना नाल। आखो सतनाम श्री वाहिगुरु। जदों तू भावना नाल अरदास करेगा, अरदास विच एडी वड्डी ताकत है, अरदास तेरे मत्थे दियां लकीरां भी सिद्धियां कर देगी। आखो सतनाम श्री वाहिगुरु। अरदास विच एडी वड्डी पावर है, अरदास विच एडी वड्डी शक्ति है, जेड़ी दात तेरे कर्मां विच रब ने नहीं भी लिखी, अरदास वह भी तेरे कर्मां विच लिख देगी। अरदास कोई ऐवी नहीं है, साढ़े गुरु साहबां ने भी अरदासां कीतियां। जदों धन गुरु गोबिंद सिंह महाराज ने आनंदपुर साहब छड़िया, आनंदपुर साहब छड़न तो पहला धन गुरु गोबिंद सिंह महाराज जी ने अपने पिता जी दे अंगीठा साहब कोल जाके अरदास कीती सी, पिता जी अज आनंदपुर साहब छड़ के चलने आ, खालसा पंथ ते बड़ियां भीड़ां पैणगियां, पर यह धन गुरु तेग बहादुर महाराज हाथ दे के रखियो। फिर वेखो जे गुरु गोबिंद सिंह महाराज ने अरदास कीती सी,
फिर परमात्मा ने वाहिगुरु ने धन गुरु तेग बहादुर महाराज ने गुरु गोबिंद सिंह महाराज के अंग संग वरते है। साडा भी फर्ज बनता अरदास करिया करो गुरु अगे, ये ना होवे गुरु नूं छड्ड के किते होदर जाया करिए। ये गुरु तो वड्डा दुनिया ते तुहानूं गुरु नहीं मिल सकता। धन गुरु अर्जन देव महाराज नूं लिखना पै गया, महाराज कहिंदे सब ते वड्डा सतगुरु नानक जिन कल राखी मेरी। धन गुरु नानक देव महाराज दुनिया विच्चों सब ते वड्डे सतगुरु ने, सब नालों वड्डे ने। जदों तू अरदास करेगा गुरु अगे सिखा, फिर गुरु तेरी अरदास जरूर सुनेगा। पर शर्त है गुरु ने तेरी भावना वेखनी है, गुरु ने तेरी श्रद्धा वेखनी है। ऐड़ा अखर कह रहा गुरु तेरा बड़ा अंतरजामी है, गुरु तेरे अंदर दियां जानदा। घट घट के अंतर की जानत, भले बुरे की पीर पछाणत। गुरु अंदरली भावना जानदा, अंदरों बाहरों एक होके गुरु अगे अरदास करी। तेरे मन विच ए ना चले जे गुरु अगे अरदास कर रहे हैं की पता गुरु ने सुननी के नहीं सुननी। जदों सिख गुरु अगे अरदास करे, सिख दे मन विच एनी भावना होनी चाहीदी है जेड़ी मैं अरदास धन गुरु ग्रंथ साहिब महाराज के चरणों च कर दिती, मेरा गुरु एडा समर्थ है, ये मेरी अरदास जरूर पूरी करेगा। खो सतनाम श्री वाहिगुरु। एनी भावना होनी चाहीदी है, ये ना भावना होवे भी पता नहीं पूरी होनी जां नहीं होनी। इत्थे जे आ जांदी है, जे तां लैके नहीं आउणी गुरु अगे। ऐड़ा अखर कह रहा गुरु अंतरजामी है, रारा अखर कह रहा गुरु रखिया करन वाला। दुनिया एक पासे हो सकती है, दुनिया तेरी विरोधी हो सकती है, दुनिया तेरी पिठ लाण की कोशिश करे, दुनिया तेनू थले लाण की कोशिश करे, पर सिखा जे तेरी अरदास गुरु अगे है, जे तू गुरु वाला है, जे भावना ना गुरु अगे अरदास करेगा ता पूरी दुनिया एक पासे कोई तेरा वाल भी विंगा नहीं कर सकदा। आखो सतनाम श्री वाहे। जाम गुरु होए वल लख वाहे क्या कीजै, जेदे वल गुरु खड़ गया लखा वाहा एक पासे हो जान उदा वाल भी विंगा नहीं हो सकता। गुरु वड्डा समर्थ है, राखा एक हमारा स्वामी सगल कटाका अंतर जामी। गुरु हमेशा ही रखिया करन वाला। अगे आउंदा अरदास दा दद्दा अखर, दद्दा अखर सानू ये समझा रहा जेदे अगे खड़ के अरदास कर रहे हैं गुरु तेरिया दातां दे नाल झोलियां भी भरेगा। गुरु तेनू वड्डियां भी दातां देगा, तू गुरु पासों दात मंग के तां वेख। असीं लैंदे थक सकदे हां पर साडा गुरु देंदा नहीं थकदा। देंदा दे लैंदे थक पाहे, जुगा जुगंतर खाही खाहे। असीं लैंदे थक सकदे हां, गुरु देंदा नहीं थकदा। किते पढ़ के वेखो इतिहास नूं। धन गुरु रामदास महाराज जी दे चरणां विच इक सिख आया, जिहड़े सिख दा नाम इतिहास विच बाबा आदम जी आया है। बाबा आदम दी दुनियावी उम्र इतिहासकार लिखदे है 60-65 साल। अरदास की लैके आया धन गुरु रामदास महाराज जी चौथे पातशाह सोढ़ी सुल्तान सतगुरु महाराज जी दे चरणा विच अरदास ए लैके आया भी महाराज जी मेरे घर पुत्र नहीं है, थोड़ी दित्तियां दातां बड़ियां ने, पैसा है, जमीन जायदाद हर एक चीज है, पर मेरे घर पुत नहीं है। मन विच सोचदा गुरु दे चरणा विच जाके अरदास करदा। जदों धन गुरु रामदास महाराज दे चरणा विच पहुंचया, बड़ी लंबी लाइन लगी है, सारी संगत गुरु साहब नूं नमस्कार करके बैठ रही है। ते जदों एदी वारी आई बाबे आदम दी, अपने दाड़े वल निगाह गई, दाड़ा होया चिट्टा। मन विच सोचदा भी मैं ऐस उम्र विच गुरु कोलों पुत्र दी दात मंगांगा, लोक मेरा मजाक उड़ाणगे। फिर मन विच सोचदा भी जेडे गुरु अगे आदमा खड़ा है, ये गुरु कोई आवी नहीं है, ये तां बिन बोलिया सब कुछ जानदा, ये तां बिना बोलना तो ही गुरु अरदास सुन लैंदा, बिना बोलन तो ही गुरु अगे अरदास प्रवान हो जाती है।
बाबे आदम ने मन विच सोचिया भी अरदास नहीं करनी। तां गुरु रामदास महाराज जी नूं नमस्कार करके संगत विच बैठ गया। दरबार की समाप्ति हुई, जदों सतगुर के दरबार चों बाहर आया तां की वेख्या, बाबा बुढ़ा साहब जी सामने खड़े है। बाबा बुढ़ा साहब बाबे आदम नूं कहण लगे, आदमा ओ भाई तेरा मुख क्यों मुरझाया होया? ਇਹ ਗੁਰੂ ਨਾਨਕ ਦਾ ਦਰ ਤਾਂ ਇਹੋ ਜਿਹਾ ਹੈ, ਇੱਥੇ ਲੋਕ ਰੋਂਦੇ ਆਉਂਦੇ ਹੈ, ਹੱਸਦੇ ਜਾਂਦੇ ਹੈ, ਇੱਥੇ ਲੋਕ ਦੁਖੀ ਆਉਂਦੇ ਹੈ, ਸੁਖੀ ਹੋ ਕੇ ਜਾਂਦੇ ਹੈ, ਇੱਥੇ ਲੋਕ ਖਾਲੀ ਝੋਲੀਆਂ ਲੈ ਕੇ ਆਉਂਦੇ ਹੈ, ਝੋਲੀਆਂ ਭਰਾ ਕੇ ਜਾਂਦੇ ਹੈ, ਪਰ ਬਾਬਾ ਆਦਮ ਤੇਰਾ ਚਿਹਰਾ ਕਿਉਂ ਮੁਰਝਾਇਆ ਹੋਇਆ, ਤੇਰੇ ਚਿਹਰੇ 'ਤੇ ਕਿਉਂ ਹਾਸਾ ਨਹੀਂ ਹੈ? ਬਾਬੇ ਆਦਮ ਦੀਆਂ ਭੁੱਬਾਂ ਨਿਕਲ ਗਈਆਂ। ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗਾ, ਬਾਬਾ ਜੀ ਮੈਂ ਗੁਰੂ ਅੱਗੇ ਅਰਦਾਸ ਲੈ ਕੇ ਆਇਆ ਸੀ। ਕਿਹੜੀ ਅਰਦਾਸ? ਵੀ ਗੁਰੂ ਦਾ ਦਿੱਤਾ ਹਰ ਇੱਕ ਚੀਜ਼ ਹੈ, ਗੁਰੂ ਦੀ ਦਿੱਤੀ ਹਰ ਇੱਕ ਦਾਤ ਹੈ, ਪਰ ਇਹਨਾਂ ਦਾਤਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦਾਤਾਂ ਨੂੰ ਸਾਂਭਣ ਵਾਲਾ ਨਹੀਂ ਕੋਈ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਫਿਰ ਅਰਦਾਸ ਨਹੀਂ ਕੀਤੀ ਗੁਰੂ ਅੱਗੇ? ਕਹਿਣ ਲੱਗਾ, ਜੀ ਕਿਵੇਂ ਅਰਦਾਸ ਕਰਦਾ? ਭਰੀ ਸੰਗਤ ਵਿੱਚ ਮੇਰਾ ਧਿਆਨ ਮੇਰੇ ਦਾੜੇ ਵੱਲ ਗਿਆ, ਦਾੜਾ ਚਿੱਟਾ ਹੋਇਆ, ਸੰਗਤ ਕੀ ਸੋਚੇਗੀ? ਵਡੇਰੀ ਉਮਰ ਵਿੱਚ ਔਲਾਦ ਦੀ ਮੰਗ ਕਰ ਰਿਹਾ। ਤੇ ਬਾਬਾ ਬੁੱਢਾ ਸਾਹਿਬ ਨੇ ਜਿਹੜੇ ਬਚਨ ਆਖੇ ਉਹ ਸਾਡੇ ਵੀ ਪੱਲੇ ਬੰਨਣ ਵਾਲੇ ਆ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਆਦਮਾ ਤੂੰ ਗੁਰੂ ਦੀ ਸੇਵਾ ਕਰ ਭਾਵਨਾ ਦੇ ਨਾਲ, ਤੂੰ ਗੁਰੂ ਦੀ ਸੇਵਾ ਸ਼ਰਧਾ ਦੇ ਨਾਲ ਕਰ, ਤੂੰ ਜੂਠੇ ਬਰਤਨ ਮਾਂਜਿਆ ਕਰ, ਤੂੰ ਸੰਗਤ ਦੇ ਜੋੜੇ ਸਾਫ ਕਰਿਆ ਕਰ, ਲੰਗਰਾਂ ਵਿੱਚ ਸੇਵਾ ਕਰਿਆ ਕਰ। ਆਦਮਾ ਤੇਰੇ ਨਾਲ ਵਾਅਦਾ ਰਿਹਾ, ਮੈਂ ਬਚਨ ਕਰਦਾ, ਜਦੋਂ ਤੇਰੀ ਭਾਵਨਾ ਗੁਰੂ ਨੇ ਵੇਖੀ, ਸ਼ਰਧਾ ਵੇਖਣਗੇ ਸਤਿਗੁਰ ਜੀ, ਜਦੋਂ ਤੇਰੇ ਅੰਦਰਲਾ ਪਿਆਰ ਗੁਰੂ ਪ੍ਰਤੀ ਬਹੁਤ ਪੈਦਾ ਹੋ ਗਿਆ, ਆਦਮਾ ਤੈਨੂੰ ਗੁਰੂ ਸਾਹਿਬ ਖੁਦ ਆਪਣੇ ਕੋਲ ਸੱਦ ਕੇ ਦਾਤਾਂ ਦੇਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਗੁਰੂ ਸਾਹਿਬ ਖੁਦ ਆਪਣੇ ਕੋਲ ਬੁਲਾਉਣਗੇ। ਕਿਤੇ ਆਪਾਂ ਵੀ ਇਹ ਭਾਵਨਾ ਲੈ ਕੇ ਆਈਏ ਜੀ, ਆਪਾਂ ਵੀ ਕਿਤੇ ਗੁਰੂ ਦੀ ਸੰਗਤ ਨਾਲ ਭਾਵਨਾ ਨਾਲ ਕਿਤੇ ਸੇਵਾ ਕੀਤੀ ਹੋਵੇ ਤਾਂ ਗੁਰੂ ਦਾਤਾਂ ਜ਼ਰੂਰ ਦਿੰਦਾ ਹੈ, ਗੁਰੂ ਮਨ ਦੀ ਇੱਛਾ ਜ਼ਰੂਰ ਪੂਰੀ ਕਰਦਾ, ਪਰ ਸੇਵਾ ਦਿਖਾਵੇ ਵਾਲੀ ਨਹੀਂ ਹੋਣੀ ਚਾਹੀਦੀ। ਸੇਵਾ ਗੁਰੂ ਦੇ ਪਿਆਰ ਵਾਲੀ ਹੋਣੀ ਚਾਹੀਦੀ ਹੈ, ਭਾਵਨਾ ਵਾਲੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਬਰਤਨ ਮਾਂਜੀਏ ਇਹ ਸੋਚ ਕੇ ਵੀ ਸੰਗਤ ਸਾਨੂੰ ਵੇਖੇ, ਨਹੀਂ, ਬਰਤਨ ਮਾਂਜੋ, ਮੁੱਖ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ, ਮੂਲ ਮੰਤਰ ਦਾ ਜਾਪ ਕਰੋ, ਬਰਤਨ ਇਹ ਸੋਚ ਕੇ ਮਾਂਜੋ ਵੀ ਗੁਰੂ ਮੈਨੂੰ ਵੇਖ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਨਾ ਮੈਨੂੰ ਵੇਖੇ, ਗੁਰੂ ਮੇਰਾ ਮੈਨੂੰ ਵੇਖੇ। ਗੁਰੂ ਨੂੰ ਵਿਖਾਓ ਆਪਣੀ ਭਾਵਨਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ ਗੁਰੂ ਦੀ ਸੇਵਾ ਕਰਕੇ ਵੇਖ, ਚਿੱਤ ਲਾ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਵੇਖ, ਤੇਰੀ ਭਾਵਨਾ ਗੁਰੂ ਜ਼ਰੂਰ ਸੁਣੇਗਾ। ਅੱਜ ਤੁਸੀਂ ਕਾਕਾ ਕਰਮਵੀਰ ਸਿੰਘ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਬੈਠੇ ਹੋ, ਪਰਿਵਾਰ ਸ਼ੁਕਰਾਨਾ ਕਰ ਰਿਹਾ। ਮੈਂ ਤਾਂ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ, ਤਾਂ ਇਹ ਇਤਿਹਾਸ ਦੀ ਮੈਂ ਆਰੰਭਤਾ ਕੀਤੀ ਹੈ, ਕਿਤੇ ਸਾਨੂੰ ਵੀ ਇਹ ਸਿੱਖਿਆ ਮਿਲ ਜਾਏ। ਜਿਹੜੀ ਦਾਤ ਗੁਰੂ ਜੀ ਨੇ ਇਹ ਪਰਿਵਾਰ ਦੀ ਝੋਲੀ ਵਿੱਚ ਪਾਈ ਹੈ, ਇਹ ਦਾਤ ਬੜੀ ਵੱਡੀ ਹੈ। ਜੇ ਸਾਡੀ ਝੋਲੀ ਵਿੱਚ ਇਹ ਦਾਤ ਗੁਰੂ ਸਾਹਿਬ ਨੇ ਹਜੇ ਤੱਕ ਨਹੀਂ ਪਾਈ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ, ਆਹ ਦੋ ਚੀਜ਼ਾਂ ਆਪਣੀ ਜ਼ਿੰਦਗੀ 'ਚ ਕਦੇ ਨਾ ਭੁੱਲਿਓ। ਜੇ ਗੁਰੂ ਕੋਲੋਂ ਦਾਤ ਲੈਣੀ ਹੈ, ਪਹਿਲੀ ਗੱਲ ਹੈ ਗੁਰੂ ਦੀ ਸੇਵਾ, ਦੂਜੀ ਗੱਲ ਹੈ ਗੁਰੂ ਅੱਗੇ ਅਰਦਾਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਆਦਮਾ ਤੂੰ ਗੁਰੂ ਦੇ ਚਰਨਾਂ 'ਚ ਭਾਵਨਾ ਨਾਲ ਸੇਵਾ ਕਰਕੇ ਵੇਖ, ਤੈਨੂੰ ਮੰਗਣਾ ਨਹੀਂ ਪਏਗਾ, ਗੁਰੂ ਤੈਨੂੰ ਖੁਦ ਆਪਣੇ ਕੋਲ ਬੁਲਾ ਕੇ ਦਾਤਾਂ ਦੇਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬੇ ਆਦਮ ਨੇ ਬੜੀ ਭਾਵਨਾ ਨਾਲ ਸੇਵਾ ਸ਼ੁਰੂ ਕੀਤੀ ਜੀ, ਹਰ ਰੋਜ਼ ਸੇਵਾ ਕਰਦਾ, ਸੰਗਤ ਦੇ ਜੂਠੇ ਬਰਤਨ ਮਾਂਜਦਾ, ਸੰਗਤ ਨੂੰ ਪ੍ਰਸ਼ਾਦਾ ਛਕਾਉਂਦਾ, ਸੰਗਤ ਦੇ ਜੋੜੇ ਸਾਫ਼ ਕਰਦਾ, ਸੰਗਤ ਵਿੱਚ ਖੜ ਕੇ ਪੱਖਾ ਝੱਲਣ ਦੀ ਸੇਵਾ ਕਰਦਾ। ਬੜੀ ਸੇਵਾ ਬਾਬੇ ਆਦਮ ਨੇ ਕੀਤੀ। ਕਹਿੰਦੇ ਬਰਸਾਤਾਂ ਦੇ ਦਿਨ ਆਏ, ਬੜਾ ਮੀਂਹ ਪੈਣ ਲੱਗ ਗਿਆ,
मीह भी इन्ना पिया, तीन चार दिन लगातार मीह पैंदा रहा। लंगर विच लकड़ा मस्तानियां हो गई। बाबे आदम ने वेख्या लकड़ नहीं है। इधरों काबल की धरती तो संगत गुरु के चरणों में आ रही है। जदों अमृतसर साहब की धरती ते काबल तो संगत पहुंची, संगत थड़ थड़ कंब रही है क्योंकि ठंड बड़ी है। ठंड के दुख तो संगत थड़ थड़ कंब रही है, ठंड लग रही है संगत नूं। अज बाबा आदम अपनी घरवाली दे नाल सलाह करदा, भगवान ने जे अज गुरु की संगत की भावना ना सेवा कर लिए ਤਾਂ ਅੱਜ ਗੁਰੂ ਸਾਡੇ ਤੇ ਜ਼ਰੂਰ ਕਿਰਪਾ ਕਰੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੰਗਰ ਵਿੱਚ ਲੱਕੜਾਂ ਵੀ ਮਸਤਾਨੀਆਂ ਹੋ ਗਈਆਂ ਤੇ ਗੁਰੂ ਦੀ ਸੰਗਤ ਵੀ ਆ ਰਹੀ ਹੈ ਗੁਰੂ ਦੇ ਦਰਸ਼ਨ ਕਰਨ ਵਾਸਤੇ, ਤੇ ਉਹ ਵੀ ਥੜ ਥੜ ਕੰਬ ਰਹੀ ਹੈ, ਠੰਡ ਬੜੀ ਹੈ। ਇਹਦੀ ਘਰਵਾਲੀ ਕਹਿਣ ਲੱਗੀ, ਜੀ ਕੀ ਹੁਕਮ ਹੈ? ਇਹ ਕਹਿਣ ਲੱਗਾ, ਆਪਣੇ ਘਰ ਦੀਆਂ ਸਾਰੀਆਂ ਚਗਾਠਾਂ ਪੱਟ ਲਈਏ, ਦਰਵਾਜ਼ੇ ਪੱਟ ਲਈਏ, ਸਾਰੀਆਂ ਚਗਾਠਾਂ ਪੱਟ ਕੇ ਗੁਰੂ ਦੀ ਸੰਗਤ ਵਾਸਤੇ ਇੱਕ ਧੂਣਾ ਲਾ ਦਈਏ, ਤੇ ਜਿਹੜੀਆਂ ਸੰਗਤ ਵਾਸਤੇ ਪ੍ਰਸ਼ਾਦਾ ਬਣਾਉਣਾ, ਲੰਗਰ ਬਣਾਉਣਾ, ਲੰਗਰ ਵਿੱਚ ਵੀ ਆਪਣੇ ਘਰੋਂ ਹੀ ਲੱਕੜਾਂ ਲੈ ਕੇ ਜਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੋਨੇ ਮੀਆਂ ਬੀਬੀ ਨੇ ਆਪਣੇ ਘਰ ਦੇ ਸਾਰੇ ਦਰਵਾਜ਼ੇ ਪੱਟ ਲਏ, ਚਗਾਠਾਂ ਪੱਟ ਲਈਆਂ, ਤਾਕੀਆਂ ਪੱਟ ਲਈਆਂ। ਤਾਕੀਆਂ ਪੱਟ ਕੇ ਇੱਕ ਪਾਸੇ ਸੰਗਤ ਦੇ ਸੇਕਣ ਵਾਸਤੇ ਧੂਣਾ ਲਾ ਦਿੱਤਾ, ਤੇ ਦੂਜੇ ਪਾਸੇ ਦੋਨੇ ਪਤੀ ਪਤਨੀ ਸੰਗਤ ਵਾਸਤੇ ਲੰਗਰ ਤਿਆਰ ਕਰ ਰਹੇ ਹੈ। ਬੜੀ ਭਾਵਨਾ ਨਾਲ ਲੰਗਰ ਤਿਆਰ ਕੀਤਾ, ਸੰਗਤ ਨੂੰ ਲੰਗਰ ਛਕਾਇਆ, ਤੇ ਨਾਲੇ ਸੰਗਤ ਲੰਗਰ ਛਕ ਰਹੀ ਹੈ ਤੇ ਨਾਲੇ ਇਹ ਅਰਦਾਸ ਕਰ ਰਹੀ ਹੈ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਇਹ ਤੁਹਾਡਾ ਬੜਾ ਪਿਆਰ ਵਾਲਾ ਸਿੱਖ ਹੈ ਮਹਾਰਾਜ, ਜਿਹੜੀ ਇਹਨਾਂ ਦੇ ਮਨ ਦੀ ਇੱਛਾ ਹੋਈ ਮਹਾਰਾਜ ਪੂਰੀ ਜ਼ਰੂਰ ਕਰਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਅੱਜ ਇਹ ਪਰਿਵਾਰ ਗੁਰੂ ਜੀ ਦੇ ਵਾਸਤੇ ਤੇ ਗੁਰੂ ਦੀ ਸੰਗਤ ਵਾਸਤੇ ਛਕਣ ਵਾਸਤੇ ਲੰਗਰ ਤਿਆਰ ਕੀਤਾ ਹੋਇਆ ਪਰਿਵਾਰ ਨੇ, ਇਹ ਲੰਗਰ ਦੀ ਮਰਯਾਦਾ ਬੜੀ ਵੱਡੀ ਹੈ। ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਵੀ ਗੁਰੂ ਦੀ ਸੰਗਤ ਨੂੰ ਲੰਗਰ ਛਕਾਉਣ ਦਾ ਕਿੱਡਾ ਵੱਡਾ ਲਾਭ ਹੈ। ਪਹਿਲੇ ਸਮਿਆਂ ਵਿੱਚ ਪੰਜ ਸਿੱਖਾਂ ਨੂੰ ਲੰਗਰ ਛਕਾਇਆ ਜਾਂਦਾ ਸੀ, ਇਹਦੀ ਵੀ ਬੜੀ ਮਹੱਤਤਾ ਹੈ। ਕਿਤੇ ਭਾਵਨਾ ਨਾਲ ਪੰਜਾਂ ਸਿੱਖਾਂ ਨੂੰ ਵੀ ਲੰਗਰ ਛਕਾਇਆ ਜਾਵੇ, ਪੰਜਾਂ ਸਿੱਖਾਂ ਦੇ ਕੋਲੋਂ ਜਿਹੜਾ ਵੀ ਅਰਦਾਸ ਕਰਾਉਂਦਾ ਉਹ ਵੀ ਅਰਦਾਸ ਗੁਰੂ ਸੁਣਦਾ। ਖੈਰ ਇੰਨਾ ਮੇਰੇ ਕੋਲ ਸਮਾਂ ਨਹੀਂ ਮੈਂ ਤੁਹਾਨੂੰ ਖੁੱਲ੍ਹ ਕੇ ਇਸ ਬਾਰੇ ਗੱਲ ਕਰ ਸਕਾਂ। ਬਾਬੇ ਆਦਮ ਨੇ ਗੁਰੂ ਦੀ ਸੰਗਤ ਵਾਸਤੇ ਲੰਗਰ ਤਿਆਰ ਕੀਤਾ, ਸੰਗਤ ਨੂੰ ਧੂਣਾ ਬਾਲਿਆ, ਸੰਗਤ ਨਾਲੇ ਅੱਗ ਸੇਕ ਰਹੀ ਹੈ, ਨਾਲੇ ਗੁਰੂ ਦਾ ਜਸ ਗਾ ਰਹੀ ਹੈ, ਨਾਲੇ ਇਹ ਕਹਿ ਰਹੀ ਹੈ ਧੰਨ ਗੁਰੂ ਹੈ ਤੇ ਧੰਨ ਗੁਰੂ ਦੇ ਪਿਆਰੇ ਹੈ ਜਿਹੜੇ ਗੁਰੂ ਦੀ ਸੰਗਤ ਵਾਸਤੇ ਇੰਨੀ ਸੇਵਾ ਕਰ ਰਹੇ ਹੈ। ਤੇ ਇੱਧਰ ਧੰਨ ਗੁਰੂ ਰਾਮਦਾਸ ਮਹਾਰਾਜ ਆਏ, ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਗੁਰੂ ਦੀ ਸੰਗਤੇ, ਬਾਬਾ ਬੁੱਢਾ ਸਾਹਿਬ ਤਾਂ ਕਹਿ ਰਹੇ ਸੀ ਵੀ ਲੰਗਰ ਵਿੱਚ ਲੱਕੜਾਂ ਮਸਤਾਨੀਆਂ ਹੋ ਗਈਆਂ, ਲੱਕੜਾਂ ਖਤਮ ਹੋ ਗਈਆਂ, ਇਹ ਲੱਕੜ ਕਿੱਥੋਂ ਆਈ ਹੈ? ਤੇ ਬਾਬਾ ਬੁੱਢਾ ਸਾਹਿਬ ਕੋਲ ਖੜੇ ਕਹਿਣ ਲੱਗੇ, ਮਹਾਰਾਜ ਜੀ ਆਪ ਜੀ ਦੇ ਪਿਆਰ ਵਾਲਾ ਸਿੱਖ ਹੈ ਬਾਬਾ ਆਦਮ, ਇਹ ਬਾਬੇ ਆਦਮ ਨੇ ਤੇਰੀ ਸੰਗਤ ਦੀ ਸੇਵਾ ਕੀਤੀ ਹੈ, ਆਪਣੇ ਘਰ ਵਿੱਚੋਂ ਦਰਵਾਜ਼ੇ ਪੱਟ ਲਿਆਂਦੇ, ਤਾਕੀਆਂ ਪੱਟ ਲਿਆਂਦੀਆਂ, ਚਗਾਠਾਂ ਪੱਟ ਲਿਆਂਦੀਆਂ, ਮਹਾਰਾਜ ਤੇਰੀ ਸੰਗਤ ਵਾਸਤੇ ਲੰਗਰ ਵੀ ਤਿਆਰ ਕੀਤਾ ਤੇ ਤੇਰੀ ਸੰਗਤ ਨੂੰ ਸੇਕਣ ਵਾਸਤੇ ਧੂਣਾ ਵੀ ਲਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਖੁਸ਼ ਹੋਏ। ਦੂਜੇ ਦਿਨ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਸਜਿਆ, ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ ਬਾਬੇ ਆਦਮ ਨੂੰ ਮੇਰੇ ਕੋਲ ਸੱਦੋ। ਬਾਬੇ ਆਦਮ ਨੂੰ ਕੋਲ ਸੱਦਿਆ ਤੇ ਬਾਬਾ ਆਦਮ ਨੂੰ ਕਹਿਣ ਲੱਗੇ, ਐ ਬਾਬਾ ਆਦਮ ਮੰਗ ਕੀ ਮੰਗਦਾ? ਆ ਵੇਖੋ ਗੁਰੂ ਦੀ ਭਾਵਨਾ, ਜਦੋਂ ਗੁਰੂ ਪੂਰੀ ਕਰਦਾ ਸ਼ਰਧਾ, ਜਦੋਂ ਗੁਰੂ ਭਾਵਨਾ ਪੂਰੀ ਕਰਦਾ, ਜਦੋਂ ਗੁਰੂ ਅਰਦਾਸਾਂ ਸੁਣਦਾ, ਬਾਬੇ ਆਦਮ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਆਦਮਾ ਮੰਗ ਕੀ ਮੰਗਦਾ? ਤੇਰੇ ਮਨ ਦੀ ਕੀ ਇੱਛਾ ਹੈ? ਤੂੰ ਗੁਰੂ ਦੀ ਸੰਗਤ ਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਤੇ ਅੱਗੋਂ ਬਾਬਾ ਆਦਮ ਕਹਿਣ ਲੱਗਾ, ਨਹੀਂ ਮਹਾਰਾਜ ਜੀ ਮੈਨੂੰ ਕੁਝ ਨਹੀਂ ਚਾਹੀਦਾ,
ਤੁਹਾਡਾ ਦਿੱਤਾ ਬੜਾ ਕੁਝ ਹੈ। ਦੂਜੀ ਵਾਰ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਆਦਮਾ ਤੇਰੇ ਮਨ ਦੀ ਇੱਛਾ ਕੋਈ ਹੋਰ ਹੈ, ਪਰ ਉਹ ਇੱਛਾ ਤੂੰ ਦੱਸਦਾ ਨਹੀਂ ਹੈ। ਖੁੱਲ੍ਹ ਕੇ ਦੱਸ ਤੈਨੂੰ ਕੀ ਚਾਹੀਦਾ, ਤੇਰੇ ਮਨ ਦੀ ਕੀ ਭਾਵਨਾ ਹੈ। ਬਾਬਾ ਆਦਮ ਨੇ ਫਿਰ ਕਹਿ ਦਿੱਤਾ, ਨਹੀਂ ਮਹਾਰਾਜ, ਆਪਣੇ ਚਰਨਾਂ ਨਾਲ ਜੋੜੀ ਰੱਖਿਓ, ਆਪਣੇ ਚਰਨਾਂ ਦਾ ਪਿਆਰ ਬਖਸ਼ਿਓ, ਮਹਾਰਾਜ ਜੀ ਨਾਮ ਦੀ ਦਾਤ ਬਖਸ਼ਿਓ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਆਦਮਾ ਓਏ ਦੋ ਬਚਨ ਤੇਰੇ ਸੀ, ਗੁਰੂ ਪੀਰਾਂ ਦੇ ਤਿੰਨ ਬਚਨ ਹੁੰਦੇ ਆ, ਦੋ ਬਚਨ ਤੇਰੇ ਸੀ, ਇੱਕ ਬਚਨ ਤੇਰੀ ਘਰਵਾਲੀ ਦਾ, ਉਹਨੇ ਵੀ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ, ਜਾਂ ਆਪਣੀ ਘਰਵਾਲੀ ਨੂੰ ਲੈ ਕੇ ਆ। ਜਦੋਂ ਬਾਬਾ ਆਦਮ ਆਪਣੀ ਘਰਵਾਲੀ ਨੂੰ ਕੋਲ ਲੈ ਕੇ ਆਇਆ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ, ਤੇ ਗੁਰੂ ਰਾਮਦਾਸ ਮਹਾਰਾਜ ਉਹਦੀ ਘਰਵਾਲੀ ਨੂੰ ਕਹਿਣ ਲੱਗੇ, ਬੀਬਾ ਤੁਸੀਂ ਸੰਗਤ ਦੀ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ, ਮੰਗੋ ਕੀ ਮੰਗਦੇ ਹੋ, ਤੁਹਾਡੇ ਕੀ ਇੱਛਾ ਹੈ, ਕੀ ਭਾਵਨਾ ਹੈ। ਇਹਦੀ ਘਰਵਾਲੀ ਦੀਆਂ ਭੁੱਬਾਂ ਨਿਕਲ ਗਈਆਂ, ਕਹਿਣ ਲੱਗੀ, ਇਹ ਸਤਿਗੁਰੂ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੀਆਂ ਦਿੱਤੀਆਂ ਦਾਤਾਂ ਸਾਰੀਆਂ ਨੇ, ਘਰ ਵੀ ਹੈ, ਮਾਇਆ ਵੀ ਹੈ, ਜ਼ਮੀਨ ਜਾਇਦਾਦ ਵੀ ਹੈ, ਹਰ ਇੱਕ ਚੀਜ਼ ਹੈ, ਪਰ ਤੁਹਾਡੀਆਂ ਦਿੱਤੀਆਂ ਦਾਤਾਂ ਨੂੰ ਸਾਂਭਣ ਵਾਲਾ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੀਆਂ ਦਿੱਤੀਆਂ ਦਾਤਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ। ਮਹਾਰਾਜ ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਸੁਣਿਆ, ਸਤਿਗੁਰ ਦੇ ਨੇਤਰ ਬੰਦ ਹੋ ਗਏ, ਨੇਤਰ ਬੰਦ ਕਰਕੇ ਦੋ ਕੁ ਮਿੰਟ ਬਾਅਦ ਜਦੋਂ ਗੁਰੂ ਸਾਹਿਬ ਨੇ ਨੇਤਰ ਖੋਲੇ, ਮਹਾਰਾਜ ਕਹਿਣ ਲੱਗੇ, ਬਾਬਾ ਆਦਮਾ ਓਏ ਤੂੰ ਦਾਤ ਵੱਡੀ ਮੰਗੀ ਹੈ, ਪਰ ਤੈਨੂੰ ਕੀ ਦੱਸੀਏ, ਇਹ ਦਾਤ ਤੇਰੇ ਕਰਮਾਂ ਵਿੱਚ ਗੁਰੂ ਨੇ ਲਿਖੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਾਤ ਤੇਰੇ ਕਰਮਾਂ ਵਿੱਚ ਲਿਖੀ ਨਹੀਂ ਹੈ। ਇਹ ਦੋਨੇ ਪਤੀ ਪਤਨੀ ਦੀਆਂ ਅੱਖਾਂ ਵਿੱਚ ਵਿਰਾਗ ਦੇ ਹੰਝੂ ਹੈ। ਇਹਦੀ ਘਰਵਾਲੀ ਕਹਿਣ ਲੱਗੀ, ਮਹਾਰਾਜ ਜੀ ਕਿਰਪਾ ਕਰੋ, ਦਰਗਾਹ ਦੇ ਮਾਲਕ ਵੀ ਤੁਸੀਂ ਹੋ, ਮਹਾਰਾਜ ਦਰਗਾਹ ਵਿੱਚ ਨਹੀਂ ਦਾਤ ਲਿਖੀ ਤਾਂ ਇੱਥੇ ਲਿਖ ਦਿਓ, ਇੱਥੇ ਸਾਡੇ ਕਰਮਾਂ ਵਿੱਚ ਲਿਖ ਦਿਓ। ਜਦੋਂ ਗੁਰੂ ਸਾਹਿਬ ਨੇ ਇਹ ਬਚਨ ਸੁਣਿਆ, ਮਹਾਰਾਜ ਕਹਿਣ ਲੱਗੇ, ਆਦਮਾ ਸੇਵਾ ਤੁਸੀਂ ਬੜੀ ਕੀਤੀ ਹੈ, ਪਰ ਤੁਹਾਨੂੰ ਅਸੀਂ ਖਾਲੀ ਵੀ ਨਹੀਂ ਮੋੜ ਸਕਦੇ। ਇਹ ਸੰਗਤ ਦੀ ਸੇਵਾ ਹੈ, ਗੁਰੂ ਦੇ ਲੰਗਰਾਂ ਦੀ ਸੇਵਾ ਤੁਸੀਂ ਕੀਤੀ ਹੈ। ਕਿਹੜੀ ਸੇਵਾ? ਜਿਹੜੀ ਸੇਵਾ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਮੁੱਖ ਤੇ ਚਪੇੜਾਂ ਵੀ ਖਾਣੀਆਂ ਪਈਆਂ। ਇਹ ਗੁਰੂ ਦੀ ਸੰਗਤ ਦੀ ਸੇਵਾ ਹੈ। ਇਹ ਜਿਹੜੀ ਸੇਵਾ ਤੁਸੀਂ ਕੀਤੀ ਹੈ ਬਾਬਾ ਆਦਮ, ਅਸੀਂ ਤੈਨੂੰ ਖਾਲੀ ਵੀ ਨਹੀਂ ਮੋੜ ਸਕਦੇ। ਤੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਖਾਲੀ ਵੀ ਨਹੀਂ ਮੋੜ ਸਕਦੇ, ਫਿਰ ਮਹਾਰਾਜ ਨੇ ਅੱਗੇ ਬਚਨ ਕੀਤਾ, ਆਦਮਾ ਸਾਡੇ ਘਰ ਚਾਰ ਪੁੱਤਰਾਂ ਦਾ ਜਨਮ ਹੋਣਾ ਸੀ, ਚਾਰ ਪੁੱਤਰਾਂ ਦੇ ਵਿੱਚੋਂ ਤਿੰਨ ਪੁੱਤਰਾਂ ਦਾ ਸਾਡੇ ਘਰ ਜਨਮ ਹੋ ਗਿਆ। ਬਾਬਾ ਪਿਰਥੀ ਚੰਦ ਅਤੇ ਬਾਬਾ ਮਹਾਦੇਵ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਤਿੰਨ ਪੁੱਤਰਾਂ ਦਾ ਸਾਡੇ ਘਰ ਜਨਮ ਹੋ ਗਿਆ। ਬਾਬਾ ਆਦਮਾ ਜਿਹੜਾ ਚੌਥਾ ਪੁੱਤਰ ਸਾਡੇ ਘਰ ਆਉਣਾ ਸੀ, ਜਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਉਹ ਪੁੱਤਰ ਗੁਰੂ ਨਾਨਕ ਤੇਰੇ ਘਰ ਬਖਸ਼ੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਪੁੱਤਰ ਤੇਰੇ ਘਰ ਗੁਰੂ ਨਾਨਕ ਬਖਸ਼ੇ। ਤੇ ਬਾਬੇ ਆਦਮ, ਗੁਰੂ ਨੇ ਤੇਰੇ ਘਰ ਪੁੱਤਰ ਬਖਸ਼ ਦੇਣਾ, ਪਰ ਯਾਦ ਰੱਖੀ ਆਪਣੇ ਪੁੱਤ ਦਾ ਨਾਮ ਰੱਖੀ ਭਾਈ ਭਗਤੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਪੈਣ ਤੇ ਫਿਰ ਬਾਬੇ ਆਦਮ ਦੇ ਘਰ ਪੁੱਤਰ ਹੋਇਆ, ਜਿਹਦਾ ਨਾਮ ਰੱਖਿਆ ਭਾਈ ਭਗਤੂ, ਜਿਹਦੇ ਨਾਂ ਤੇ ਅੱਜ ਵੀ ਪਿੰਡ ਵਸਦਾ ਭਗਤਾ ਭਾਈ ਕਾ। ਇਹ ਗੁਰੂ ਨਾਨਕ ਦੇ ਘਰ ਦੀਆਂ ਕਰਾਮਾਤਾਂ ਨੇ, ਬਖਸ਼ਿਸ਼ਾਂ ਨੇ। ਜੇ ਕਿਤੇ ਅਸੀਂ ਗੁਰੂ ਕੋਲੋਂ ਭਾਵਨਾ ਨਾਲ ਮੰਗੀਏ, ਮੈਂ ਗੱਲ ਕਰ ਰਿਹਾ ਸੀ ਅਰਦਾਸ ਦੀ, ਅਰਦਾਸ ਵਿੱਚ ਵੱਡੀਆਂ ਵੱਡੀਆਂ ਤਾਕਤਾਂ। ਆਹ ਪਰਿਵਾਰ ਦੀ ਅਰਦਾਸ ਗੁਰੂ ਨੇ ਪੂਰੀ ਕੀਤੀ ਹੈ, ਤੇ ਸਾਡੀ ਵੀ ਅਰਦਾਸ ਗੁਰੂ ਜ਼ਰੂਰ ਪੂਰੀ ਕਰੇਗਾ ਜੇ ਅਸੀਂ ਭਾਵਨਾ ਨਾਲ ਅਰਦਾਸ ਕਰੀਏ। ਆਓ ਪਿਆਰ ਦੇ ਨਾਲ ਪੜ੍ਹੀਏ ਸ਼ਬਦ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ, ਮੇਰੀ ਮਾਂ ਨੇ ਮੈਨੂੰ ਅਸੀਸ ਦਿੱਤੀ ਹੈ। ਕਿਹੜੀ ਅਸੀਸ? ਇਹ ਅਸੀਸ ਨਹੀਂ ਦਿੱਤੀ ਪੁੱਤਰਾ ਤੇਰੀ ਲੰਬੀ ਉਮਰ ਹੋਵੇ, ਤੂੰ ਕੰਮਾਂ ਕਾਰਾਂ ਵਿੱਚ ਤਰੱਕੀਆਂ ਮਾਣ, ਇਹ ਅਸੀਸ ਨਹੀਂ ਦਿੱਤੀ। ਮਹਾਰਾਜ ਕਿਹੜੀ ਅਸੀਸ ਦਿੱਤੀ?
धन गुरु अर्जन देव महाराज कहन लगे मेरी मां ने आख्या पुत तैनू खाना भुल जाए, तैनू सोना भुल जाए, तैनू दुनिया की हर एक चीज भुल जाए, ऐ मेरे पुत्रा तैनू एक चीज ना भुले, केड़ी चीज? तैनू परमात्मा दा नाम ना विसरे। आखो सतनाम श्री वाहिगुरु। जे मां ने यह असीस दिती धन गुरु अर्जन देव महाराज नू, फिर गुरु अर्जन देव महाराज तत्तियां तवियां ते भी बैठ गए, सीस विच रेता भी पवा लिया, देगे विच भी उबल गए, पर गुरु अर्जन देव महाराज नू परमात्मा दा नाम नहीं भुलिया, नाम नहीं विसरिया। अज दी माए तू भी अपने पुत नू ए असीस दे। अज ए परिवार साडे सत्कार योग सरदार हरवंश सिंह जी तिना दा समूह परिवार अपने पोतरे काका करमवीर सिंह दे जन्म की खुशी नू मुख रख के बैठा। अज आपां भी परिवार वास्ते अरदास करके जानी है महाराज, ये जिहड़ी दात तुसी परिवार की झोली विच पाई है काका करमवीर सिंह दी, महाराज कृपा करियो जिथे ये अपने मापिया का आग्ञाकारी होवे, जिथे समाज वास्ते चंगियां सेधां देवे, उत्थे महाराज कृपा करियो ये बच्चे नू अपने चरणा च सदा वास्ते जोड़ के रखियो, ये बच्चे नू नाम दी दात बख्शो। आओ पढ़ियो प्यार नाल। पोता माता की आसीस, पोता माता की आसीस, पोता माता की आसीस, पोता माता की आसीस, पोता माता की आसीस।
रंग तमाशा पूरन आसा कब है न प्या चिंता सात संगत जी ऐथे कीर्तन की समाप्ति है। कीर्तन करते समय एक नई बेअंत भुलां हो जांदियां ने। आप संगत धन गुरु ग्रंथ साहिब महाराज जी बख्शण योग हो बख्श लेना जी। आप जी के चरणों च यही बेनती की है जदों भी साढ़े ते गुरु कृपा करे सानू भी ये चाहिए गुरु का शुकराना जरूर करिया करिए गुरु नू अलांबे ना दिया करिए। दूजी बेनती ये है ये दात थानू पुत्रां धियां दी सतगुरु जी दे कृपा दे नाल मिली है ते फिर साडा भी फर्ज बन जांदा दाते ने दातां देतियां ते ये दातां नू संभालना भी चाहिए। संभालना किवें है जिवें साडा पुत्र धी वधिया स्कूल विच पढ़दा अंग्रेजी बोलण लगदा पंजाबी बोलण लगदा चंगी गल है सारियां भाषावां सीखणियां चाहीदियां पर जदों तुहाडे बच्चे नूं पंजाबी पढ़नी आ गई ते अगे मां दा फर्ज बनदा वो अपने बच्चे नूं ये भी कवे पुत तू हुण जपजी साहब दा भी पाठ करिया कर। धन गुरु नानक दे महाराज दा वचन है जिहड़ा सिख जपजी साहब दे जाप नाल जुड़िया रहेगा महाराज कहिंदे उहदी बाह मैं हमेशा ही फड़ के रखांगा। अज घाट है जी बहुत वड्डी असीं अपने बच्चियां नूं वधिया स्कूलां विच तां पढ़ाना शुरू कर दिता इंग्लिश मीडियम स्कूल च पाउने आ वधिया स्कूलां च पाउने आ पर उत्थे इह घाट है असीं अपने बच्चियां नूं गुरबाणी तों दूर रखिया होया जिहदे करके समाज दे इह अज हालात बणे है। अज पंजाब दी धरती होवे गुरुआं पीरां दी धरती होवे गुरुआं पीरां दी धरती ते बिरद आश्रम खुल जाण अज नौजवान अपने बजुर्ग मापिया नूं नाल रख के राजी ना होण ये बहुत वड्डी साडे मत्थे ते कलंक है। ये जरूर सानू सोचना चाहीदा जिहड़े गुरु की बाणी ये कह रही है मेरी सेवा करने तो पहला अपने मापिया की सेवा कर ते ओ नौजवान जिहड़े अपने आप नूं सिख कह रहे है वो अपने मापिया नूं घर रख के राजी नहीं। ये गलती कित्थे होई है घाट कित्थे है घाट साडे विच है। बाबा फरीद साहब की मां बाबे फरीद नूं भगत बनाउण वाली है बाबे फरीद नूं लालच दे दे के मां ने बंदगी वल तोरिया ते अज दी ये मां है तेरा भी फर्ज बनदा तू भी अपने बच्चियां नूं जिथे वधिया पढ़ाई लिखाई कराउंदी है उत्थे अपने बच्चियां नूं गुरबाणी नाल भी जोड़। याद रखियो जे तुहाडे बच्चे गुरु दे चरणां नाल जुड़े रहे बचपन दे विच ही टाणी हुंदी है ना जी दरखत दी वह टाणी नूं जिधर मर्जी मोड़ लो मुड़ जांदी है जदों बन जाण टाण वड्डे दरख्त बन जांदे है फिर नहीं मुड़दे। छोटे छोटे बच्चियां नूं गुरुद्वारा साहिब लैके आया करो
गुरबाणी दे नाल जोड़ो। जदों छोटे बच्चे साडे गुरबाणी नाल जुड़े रहे फिर दुनिया की कोई ताकत उन्हां नूं गुरु तो तोड़ नहीं सकती। जे गुरु नाल जुड़े रहणगे फिर वह तुहाडा भी सत्कार करनगे, क्योंकि गुरबाणी ने सिखाउणा ही यह है अपने वड्डियां दा सत्कार कर। ये थोड़े चरणों मैं दो बेनतियां कीतियां, एक गुरु का शुकराना हर समय करना चाहिए, गुरु दियां वड्डियां दातां सानू होर बड़ियां दित्तियां होईयां, ते दूजे नंबर ते अपने बच्चियां नू जरूर गुरबाणी दे नाल जोड़ो। जिथे वधिया स्कूलां च पढ़ाउंदे हो उत्थे गुरु दे चरणां विच वी जोड़ो। धन्नवाद है जी।